ਵਾਹਿ ਖਾਲਸਾ ਵਾਹਿ ਫਤਿਹ। ਅੱਜ 8ਵੇਂ ਗੁਰੂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਮਨਾ ਰਹੇ ਹਾਂ। ਗੁਰੂ ਤਾਂ ਕਦੇ ਦੇਵ ਸਿਆਤਾ ਭਾਵੇਂ ਕੱਲ ਸੀ, ਪਰ ਗੁਰੂਆਂ ਦੀ ਯਾਦ ਕਦੇ ਮੱਠੀ ਨਹੀਂ ਪੈਂਦੀ। ਗੁਰੂ ਹਮੇਸ਼ਾ ਹੀ ਸਾਡੇ ਅੰਗ ਸੰਗ ਨੇ। ਗੁਰਬਾਣੀ ਚ ਵੀ ਲਿਖਿਆ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸੋ ਅਸੀਂ ਯੂਟਿਊਬ ਦੇ ਮਾਧਿਅਮ ਰਾਹੀਂ ਉਹਨਾਂ ਦੇ ਜੀਵਨੀ ਬਾਰੇ ਵਿਚਾਰ ਕਰਾਂਗੇ ਤੇ ਨਾਲ ਹੀ ਹੋਏਗਾ ਕੁਝ ਪ੍ਰੋਗਰਾਮ, ਭਾਵੇਂ ਕੁਝ ਪ੍ਰੋਗਰਾਮ ਸਾਡੇ ਸਟੂਡੀਓ ਚ ਹੋ ਰਿਹਾ, ਪਰ ਇਹ ਸਾਰੇ ਸੰਸਾਰ ਵਾਸਤੇ ਹੋਏਗਾ, ਕਿਉਂਕਿ ਕਹਿੰਦੇ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਸੋ ਮੈਂ ਸ਼ੁਰੂ ਕਰਦਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਤੋਂ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਹੋਇਆ ਹੈ ਕੀਰਤਪੁਰ ਸਾਹਿਬ 7 ਜੁਲਾਈ 1656, 7 ਜੁਲਾਈ 1656। ਜਿਹੜੇ ਬੱਚੇ ਪੰਜਾਬੀ ਨਹੀਂ ਸਮਝਦੇ ਨੋਟ ਕਰ ਲਓ, 7 ਜੁਲਾਈ 1656। ਅਤੇ ਜੋਤੀ ਜੋਤ ਸਮਾਣ ਦੀ ਡੇਟ ਮੈਂ ਬਾਅਦ ਦੱਸਾਂਗਾ, ਕਿਉਂਕਿ ਅਜੇ ਜੀਵਨੀ ਦਾ ਜ਼ਿਕਰ ਕਰਨਾ। ਇਹਨਾਂ ਦੇ ਪਿਤਾ ਦਾ ਨਾਂ ਹੈ ਗੁਰੂ ਹਰਿ ਸਾਹਿਬ ਅਤੇ ਮਾਤਾ ਦਾ ਨਾਂ ਹੈ ਮਾਤਾ ਕ੍ਰਿਸ਼ਨਾ ਦੇਵੀ ਜੀ, ਅਤੇ ਇਹਨਾਂ ਦਾ ਇੱਕ ਭਰਾ ਹੈਗਾ ਰਾਮ ਰਾਏ। ਸੋ ਹੁਣ ਤੇ 3 ਸਾਲ ਇਹ ਗੁਰਗੱਦੀ ਦੇ ਬਿਰਾਜਮਾਨ ਰਹੇ ਨੇ। ਉਹ 505 ਸਾਲ ਦੀ ਉਮਰ, 3 ਸਾਲ ਗੁਰਗੱਦੀ ਦੇ ਬਿਰਾਜਮਾਨ ਰਹੇ ਨੇ 1661 ਤੋਂ ਲੈ ਕੇ 1664 ਤੱਕ, 1661 ਤੋਂ ਲੈ ਕੇ 1664। ਅਤੇ ਇਹ ਉਮਰ ਸਿਰਫ 5 ਸਾਲ ਸੀ ਜਦੋਂ ਗੁਰਗੱਦੀ ਦੇ ਬੈਠੇ ਨੇ। ਇੱਥੋਂ ਇੱਕ ਸ਼ਿਕਸ਼ਾ ਮਿਲਦੀ ਹੈ ਗੁਰੂ ਘਰ ਦੀ ਕਿ ਸਵਾਲ ਉਮਰ ਛੋਟੀ ਜਾਂ ਵੱਡੀ ਦਾ ਨਹੀਂ, ਸਵਾਲ ਹੈਗਾ ਗੁਣਾਂ ਦਾ। ਇੱਕ ਛੋਟੀ ਛੋਟੀ ਉਮਰ ਵਾਲਾ ਵਿਅਕਤੀ ਵੀ ਜਾਂ ਬੱਚਾ ਵੀ ਗੁਰੂ ਹੋ ਸਕਦਾ, ਇੱਕ ਵੱਡੀ ਉਮਰ ਦਾ ਵੀ ਗੁਰੂ ਨਹੀਂ ਹੋ ਸਕਦਾ। ਯਾਨੀ ਜਿਹਦੇ ਅੰਦਰ ਜਿਹੜੇ ਪ੍ਰੀਵੀਅਸ ਗੁਰੂ ਨੇ ਆਪਣੀ ਜੋਤ ਟਿਕਾ ਦੇਣ ਉਹ ਗੁਰਗੱਦੀ ਦਾ ਵਾਰਸ ਹੁੰਦਾ। ਸੋ ਭਾਵੇਂ ਉਹਨਾਂ ਦੀ ਉਮਰ ਛੋਟੀ ਸੀ ਲੇਕਿਨ ਸਰਵ ਕਲਾ ਸੰਪੂਰਨ ਸਨ, ਸਾਰੇ ਗੁਣ ਜੋ ਇੱਕ ਸੰਪੂਰਨ ਗੁਰੂ ਚ ਹੋਣੇ ਚਾਹੀਦੇ ਨੇ ਉਹ ਇਹਨਾਂ ਚ ਸਨ। ਤੇ ਇਹ ਗੱਲ ਕਹਿੰਦੇ ਨੇ ਕਿਹਾ ਬੇਗੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਇਤਿਹਾਸ ਦੱਸਦਾ ਕਿ ਇਹਨਾਂ ਨੇ ਕਿਵੇਂ ਕਿਵੇਂ ਛੋਟੀ ਉਮਰ ਚ ਪ੍ਰਚਾਰ ਵਿਚ ਜਾਂ ਇੱਕ ਹਿਊਮੈਨਿਟੀ ਦੀ ਸੇਵਾ ਚ ਕੰਮ ਕੀਤਾ। ਸੋ ਕੀਰਤਪੁਰ ਸਾਹਿਬ ਵਿਚਰੇ ਨੇ ਤੇ ਉਸ ਤੋਂ ਬਾਅਦ ਜਿਹੜਾ ਵਕਤ ਦਾ ਬਾਦਸ਼ਾਹ ਉਹਦੇ ਕੋਲ ਇਹਨਾਂ ਨੇ ਉਹਨੂੰ ਭੇਜਿਆ ਰਾਮ ਰਾਏ ਨੂੰ ਵੀ ਆਪਣਾ ਗੱਲਬਾਤ ਕਰਨ ਵਾਸਤੇ। ਤੇ ਉਹਨੇ ਕਿਹਾ ਜੀ ਵੀ ਤੁਹਾਡੇ ਧਰਮ ਗ੍ਰੰਥ ਵਿਚ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ, ਇਹ ਮੁਸਲਮਾਨ ਨਿਰਾਦਰ ਕੀਤਾ। ਤੇ ਉਹ ਗੱਲਾਂ ਚ ਆ ਗਿਆ ਬਾਦਸ਼ਾਹ ਦੀਆਂ ਤੇ ਉਹਨੇ ਗੁਰਬਾਣੀ ਤੋਂ ਉਲਟਾ ਸੀ। ਉਹ ਕਹਿੰਦਾ ਜੀ ਇਹ ਮਿੱਟੀ ਮੁਸਲਮਾਨ ਹੀ ਮਿੱਟੀ ਬੇਈਮਾਨ ਕੀ ਲਿਖਿਆ। ਇਸ ਗੱਲ ਦੀ ਜਦੋਂ ਖ਼ਬਰ ਗੁਰੂ ਸਾਹਿਬ ਨੂੰ ਪਹੁੰਚੀ ਤੇ ਉਹਨਾਂ ਨੇ ਰਾਮ ਰਾਏ ਨੂੰ ਛੇਕ ਦਿੱਤਾ ਕਿ ਤੂੰ ਸਾਡਾ ਪੁੱਤਰ ਨਹੀਂ ਸੀ ਤੇਰੇ ਪਿਓ ਨਹੀਂ। ਸੋ ਫਿਰ ਜਿਹੜਾ ਵਕਤ ਦਾ ਬਾਦਸ਼ਾਹ ਅਗਲਾ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਉਂਦਾ ਗੱਲਬਾਤ ਕਰਨ ਵਾਸਤੇ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਪਤਾ ਕਿ ਬਾਦਸ਼ਾਹ ਨੀਅਤ ਠੀਕ ਨਹੀਂ ਹੈਗੀ, ਪਹਿਲਾਂ ਉਹਨੇ ਜਾਣ ਤੋਂ ਇਨਕਾਰ ਕਰਤਾ। ਸੋ ਬਾਦਸ਼ਾਹ ਨੇ ਇੱਕ ਤਰਕੀਬ ਲੜਾਈ ਕਿ ਆਪਣਾ ਕੋਈ ਵਜ਼ੀਰ ਲੱਭਿਆ ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ ਜੈ ਸਿੰਘ, ਕਿ ਤੁਸੀਂ ਗੁਰੂ ਸਾਹਿਬ ਦੇ ਵੱਡੇ ਮੁਰੀਦ ਹੋ ਔਰ ਤੁਹਾਡਾ ਆਖਾ ਉਹ ਮੋੜ ਨਹੀਂ ਸਕਦੇ, ਉਹਨਾਂ ਸਤਿਕਾਰ ਨਾਲ ਪਾਲਗੀ ਉਠਾ ਕੇ ਲਿਆਓ। ਸੋ ਗੁਰੂ ਸਾਹਿਬ ਵਾਕਈ ਭਗਤਾਂ ਦੀ ਗੱਲ ਮੋੜ ਨਹੀਂ ਸਕਦੇ। ਸੋ ਭਾਵੇਂ ਬਾਦਸ਼ਾਹ ਜੋ ਮਰਜ਼ੀ ਕਵੇ, ਭਗਤਾਂ ਦੀ ਗੱਲ ਜਿਹੜੀ ਹੈ ਉਹ ਮੋੜ ਨਹੀਂ ਸਕਦੇ ਗੁਰੂ ਸਾਹਿਬ। ਸੋ ਗੁਰੂ ਸਾਹਿਬ ਨੇ ਰਾਮ ਰਾਜ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਪਾਲਗੀ ਦੇ ਸਵਾਰ ਹੋ ਕੇ ਦਿੱਲੀ ਵੱਲ ਚਾਲੇ ਪਾਏ ਅਤੇ ਫਿਰ ਉੱਥੇ ਰਸਤੇ ਸਟੇਅ ਕੀਤਾ ਆਪਣਾ ਪਜੋਖਰਾ ਸਾਹਿਬ। ਅਤੇ ਜਦੋਂ ਪਜੋਖਰਾ ਸਾਹਿਬ ਸਟੇਅ ਕੀਤਾ ਅਤੇ ਉੱਥੋਂ ਸੰਗਤਾਂ ਇਕੱਠੀਆਂ ਹੋਈਆਂ ਨੇ ਅਤੇ ਉੱਥੇ ਇੱਕ ਪੰਡਿਤ ਸੀ, ਉਹ ਚਾਹੁੰਦਾ ਸੀ ਗੁਰੂ ਸਾਹਿਬ ਨੀਵਾਂ ਦਿਖਾਉਣਾ ਕਿ ਇੰਨੀ ਛੋਟੀ